ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਨੰਗਲ ਦੇ ਡਬਲ ਐਫ ਬਲਾਕ ਦੇ ਵਿੱਚ ਅੱਜ ਸਵੇਰੇ ਤੜਕੇ ਕਰੀਬ 4:45 ਵਜੇ ਹਥਿਆਰਬੰਦ ਲੋਕਾਂ ਵੱਲੋਂ ਇੱਕ ਯੁਵਕ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਡਾਟ ਦੇ ਨਾਲ ਜ਼ਖਮੀ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਘਾਇਲ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਆਪਣੇ ਘਰ ਤੋਂ ਨਿਕਲਦਾ ਹੈ ਤਾਂ ਕੁਝ ਨੌਜਵਾਨ ਆਉਂਦੇ ਹਨ ਅਤੇ ਉਸਦੇ ਗਲੇ ਦੇ ਵਿੱਚ ਪਈ ਹੋਈ ਸੋਨੇ ਦੀ ਚੈਨ ਨੂੰ ਖੋਹਣ ਲੱਗਦੇ ਹਨ ਤੇ ਉਸਦੇ ਗਲ ਦੇ ਵਿੱਚੋਂ ਚੈਨ ਖੋ ਕੇ ਤੇ ਉਸਦਾ ਕੈਸ਼ ਵਾਲਾ ਬੈਗ ਲੈ ਕੇ ਮੌਕੇ ਉੱਤੋਂ ਫਰਾਰ ਹੋ ਗਏ। ਜਦੋਂ ਉਹਨਾਂ ਵੱਲੋਂ ਇਸ ਉੱਤੇ ਹਮਲਾ ਕੀਤਾ ਗਿਆ ਤਾਂ ਇੱਕ ਵਿਅਕਤੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਲੁਟੇਰਿਆਂ ਵੱਲੋਂ ਉਸ ਬਚਾਉਣ ਵਾਲੇ ਵਿਅਕਤੀ ਉੱਤੇ ਵੀ ਡਾਟ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ। ਫਿਲਹਾਲ ਇਸ ਸੰਬੰਧ ਦੇ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਵੀ ਅਲੱਗ ਅਲੱਗ ਪਹਿਲੂਆਂ ਉੱਤੇ ਕੰਮ ਕਰਦੇ ਹੋਏ ਇਸ ਵਾਰਦਾਤ ਨੂੰ ਹੱਲ ਕਰਨ ਦੇ ਵਿੱਚ ਲੱਗ ਗਈ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਮੈਂ ਸਵੇਰੇ ਜਾ ਰਿਹਾ ਸੀ ਆਪਣਾ ਟ੍ਰੇਨ 'ਤੇ ਜਾਣਾ ਸੀ ਅਤੇ ਰਸਤੇ ਵਿੱਚ ਚਾਰ ਮੁੰਡਿਆਂ ਨੇ ਮੇਰੇ ਉੱਤੇ ਵਾਰਦਾਤ ਕੀਤੀ। ਮੇਰੇ ਗਲੇ ਦੇ ਵਿੱਚ ਗੋਲਡ ਦੀ ਚੇਨੀ ਸੀ, ਉਹ ਖੋ ਕੇ ਫਰਾਰ ਹੋ ਗਏ। ਮੈਂ ਆਪਣੀ ਚੇਨੀ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਰਾੜਾ ਨਾਲ ਲਾ ਕੇ ਮੇਰੇ ਸਿਰ ਦੇ ਉੱਤੇ ਅਤੇ ਮੱਥੇ 'ਤੇ ਮਾਰੇ, ਜਿਹਦੇ ਕਰਕੇ ਮੇਰੇ 8-9 ਟਾਂਕੇ ਲਗਾਉਣੇ ਪਏ। ਅਤੇ ਠੀਕ ਦੱਸਦੇ ਡਾਕਟਰ, ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ। ਅਤੇ ਕੈਸ਼ ਵੀ ਸੀ? ਕੈਸ਼ ਥੋੜ੍ਹਾ ਬਹੁਤ ਸੀਗਾ। ਕੀ ਮੰਗ ਕਰਦੇ ਪੁਲਿਸ? ਬਸ ਇਹ ਮੰਗ ਕਰਦਾ ਪ੍ਰਸ਼ਾਸਨ ਨੂੰ, ਇਹੀ ਮੰਗ ਹੈ ਇਹਨਾਂ ਨਸ਼ੇੜੇ ਨਸ਼ੇ ਵਾਲੇ ਬੰਦਿਆਂ ਦਾ ਹੀ ਕਾਰ ਕੰਮ ਲੱਗਦਾ, ਇਹਨਾਂ 'ਤੇ ਪੂਰੀ ਪਾਣੀ ਚਾਹੀਦੀ ਕਿ ਅੱਗੇ ਤੋਂ ਕਿਸੇ ਹੋਰ ਨਾ ਹੋ ਸਕੇ। ਕਿਸੇ 'ਤੇ ਕੋਈ ਸ਼ੱਕ? ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਇਹ ਕਿੰਨੇ ਕੁ ਵਜੇ ਦੀ ਘਟਨਾ? ਇਹ ਕੋਈ 4:45 ਵਜੇ ਦੀ। 4:45 ਵਜੇ ਦੀ? ਕੁਛ ਲੋਕਾਂ ਨੇ ਬਚਾਇਆ ਆ ਕੇ? ਇੱਕ ਨੇ ਬਚਾਇਆ, ਉਹਦੇ ਵੀ ਸੱਟਾਂ ਲੱਗ ਗਈਆਂ ਕਾਫੀ, ਉਹ ਵੀ ਗੰਭੀਰ ਹੈ। ਓਕੇ। ਰਿਸ਼ਪਾਲ ਸਿੰਘ? ਰਿਸ਼ਪਾਲ ਜੀ, ਕੀ ਕਰਦੇ ਹੋ ਤੁਸੀਂ? ਮੈਂ BMP 'ਚ ਲੱਗਿਆ ਸਰ। ਕੀ ਹੋਇਆ, ਕੀ ਹੈ ਮਾਮਲਾ, ਕੀ ਸੀ ਰਾਹ? ਮਾਮਲਾ ਇਹੀ ਹੋਇਆ, ਮੈਂ ਨਾ ਜਿੱਦਾਂ ਨਾ ਮੁੰਡੇ 'ਤੇ ਡਾਟ ਮਾਰਿਆ ਕਰਦਾ। ਹਾਂਜੀ, ਉਹ ਕੁਦਰਤ ਜੀ ਮੈਨੂੰ ਆ ਕੇ ਯਾਦ ਆ, ਉਹ ਮੁੰਡਾ 'ਚ ਹੀ ਲੜਾਇਆ ਕਰਦਾ ਬਾਹਰ। ਠੀਕ ਹੈ ਜੀ। ਮੈਂ ਰੱਟ ਕੇ ਨਿਕਲਿਆ, ਮੈਂ ਕਿਹਾ ਵੀ ਉੱਦਾਂ ਲੜਦੇ ਕੁੜਦੇ ਹੋਣੇ, ਮੈਂ ਕਿਹਾ ਮੈਂ ਚੱਲ ਮੈਂ ਚੜਾ ਦੇਵਾਂ। ਉਹ ਚੜਾਉਣ ਲੱਗਾ ਗਿਆ, ਮੈਂ ਧੱਕਾ ਧੁੱਕਾ ਮਾਰਿਆ ਉਹਨੂੰ ਜਾ ਕੇ, ਉਹਨੇ ਕਿਹਾ ਕਿ ਤਾਂ ਮੇਰੇ ਜਾਟ ਨੇ ਡਾਟ ਮਾਰ ਦਿੱਤਾ ਉਹਨੇ। ਹਾਂਜੀ, ਉਹ ਫਿਰ ਜਾਣੂ ਮੈਂ ਮੇਰੇ ਤੱਕ ਕੁਛ ਭੁੱਲ ਗਈ ਗਾੜੀ ਉਸ ਵੇਲੇ। ਮੈਂ ਕਿਹਾ ਚੱਲ ਫਿਰ ਮੈਂ ਹੁਣ ਕਰਦਾ, 2 ਮਿੰਟ ਰੁਕੂ ਮੈਂ ਗਿਆ। ਜਾਣੂ ਮੈਂ ਗਿਆ, ਮੈਂ ਕਿਹਾ ਇੱਦਾਂ ਦਾ ਨਹੀਂ ਮਾਰ, ਮੈਂ ਨਹੀਂ ਪੜ੍ਹਦਾ ਮੈਂ ਨਹੀਂ। ਫਿਰ ਉਹ ਨੱਠ ਰਿਹਾ ਉਸ ਵੇਲੇ, ਹਾਂ ਕੈਸ਼ ਕੋਈ ਪਤਾ ਨਹੀਂ, ਉਹ ਕੈਸ਼ ਦੇ ਮਗਰ 'ਤੇ ਲੱਗੇ ਮੇਰੇ ਖਿਆਲ। ਕਿੰਨੇ ਬੰਦੇ ਸੀਗੇ? ਬੰਦੇ ਉਸ ਫਿਲਹਾਲ ਤਾਂ 2, ਅਤੇ ਅੱਗੇ ਪਿੱਛੇ ਵੀ ਹੋ ਸਕਦੇ ਬੰਦੇ, ਕੁਛ ਅੱਗੇ ਪਿੱਛੇ ਵੀ ਹੋ ਸਕਦੇ। ਹਾਂ, ਕਿਆ ਸੀਗਾ ਉਹਨਾਂ ਦੇ ਹੱਥਾਂ 'ਚ? ਉਹਨੇ ਸਾਰਾ ਡਾਟ ਸੀ, ਡਾਟ ਸੀ ਦੋਨਾਂ ਦੇ ਹੱਥਾਂ 'ਚ। ਹਾਂ, ਮੁੰਡਾ ਮੇਰਾ ਨਾਲ ਸੀ, ਜਿਹੜੇ ਮੈਂ ਨਿਕਲਿਆ ਨਾ ਫਟਾਫਟ, ਮੁੰਡਾ ਮੇਰੇ ਪਿੱਛੇ ਤਾਂ। ਸਰ, ਇੱਕ ਟਰੈਵਲ ਰੈਸਟੋਰੈਂਟ ਮੈਨੇਜਰ ਟ੍ਰਾਂਸਫਰ ਪ੍ਰੀਤ ਇੰਦਰ ਜੀ, ਮਾਮਲਾ ਸਾਹਮਣੇ ਆਇਆ ਪੁਲਿਸ ਦੇ ਸਵੇਰੇ, ਕੀ ਹੈ ਸਰ ਮਾਮਲਾ, ਡਿਟੇਲ ਕੀ ਹੈ ਜੀ? ਇਹ ਜੀ ਅੱਜ ਦੀ ਲਗਭਗ 12 ਤਰੀਕ ਦਾ ਸਵੇਰ ਦਾ ਵਾਕਿਆ ਹੈਗਾ, ਜਿਹੜਾ ਕਿ ਲਗਭਗ 5 AM ਅੱਜ ਜੋ ਸਾਨੂੰ ਇੱਕ ਸ਼ਿਕਾਇਤ ਮਿਲੀ, ਜਿਸ ਦੇ ਵਿੱਚ ਇਹ ਸਾਨੂੰ ਪਤਾ ਲੱਗਿਆ ਕਿ ਵੀ ਪ੍ਰੀਤ ਇੰਦਰ ਬੰਦਾ ਇਸ 'ਤੇ ਕੋਈ ਦਾਤ ਨਾਲ ਇਸ 'ਤੇ ਹਮਲਾ ਕੀਤਾ ਗਿਆ ਹੈਗਾ, ਅਤੇ ਜੋ ਕਿ ਆਪਣੇ ਕੰਮ ਕਾਰ ਵਾਸਤੇ ਕਿੱਥੇ ਬਾਹਰ ਜਾ ਰਿਹਾ ਸੀਗਾ। ਅਤੇ ਇਹ ਜਿਹੜਾ ਮਾਮਲਾ ਹੈਗਾ ਜੀ, ਆਪਣੇ ਜਿਹੜਾ ਇਹਦਾ ਜਿਹੜਾ ਕੰਮ ਹੈ, ਟਰੈਵਲ ਏਜੰਸੀ ਜਾਂ ਟਰੈਵਲ ਦੇ ਮਨੀ ਟ੍ਰਾਂਸਫਰ ਟਾਈਪ ਹੈਗਾ ਜੀ। ਅਤੇ ਇਹਦੇ ਨਾਲ ਕਿਸ 'ਤੇ ਲੁੱਟ ਖੋ ਹੋਈ ਹੈ ਜੀ ਕਿ ਕਿਆ? ਨਹੀਂ, ਹਾਲੇ ਇਹ ਅਸੀਂ ਇਹ ਨਹੀਂ ਕਹਿ ਸਕਦੇ ਲੁੱਟ ਖੋ ਹੋਈ ਹੈ ਜਾਂ ਪੁਰਾਣੀ ਰੰਜਿਸ਼ ਹੈ, ਇਹ ਅਸੀਂ ਨਹੀਂ ਕਹਿ ਸਕਦੇ। ਬਟ ਇਹ 2 ਬੰਦਿਆਂ ਦੇ ਅਟੈਕ ਹੋਇਆ ਹੈਗਾ ਜੀ, ਇੱਕ ਤਾਂ ਇਸ 'ਤੇ ਹੋਇਆ, ਅਤੇ ਜਦ ਚਿਲਾਇਆ ਤਾਂ ਇਹਨੂੰ ਸ਼ੋਟ ਕੀਤਾ, ਇਹਨੇ ਸ਼ੂਟਿੰਗ ਕੀਤੀ, ਤਾਂ ਜਿਹੜਾ ਉੱਥੇ ਆ ਪਾਸ ਰਿਸ਼ਪਾਲ ਸਿੰਘ ਰਾਣਾ ਨਾਲ ਹੀ ਦਾ ਘਰ ਸੀ, ਉੱਥੇ ਬੰਦਾ ਖੜ੍ਹਾ ਸੀ,
ਉਹ ਜਿਹਾ ਛਡਾਉਣ ਆਇਆ ਉਸ 'ਤੇ ਵੀ ਉਸਨੇ ਦਾਤ 'ਤੇ ਹਮਲਾ ਕਰਤਾ, ਫਿਰ ਉਸ ਤੋਂ ਬਾਅਦ ਫਰਾਰ ਹੋ ਗਏ, ਹੁਣ ਇਹ ਹੋਸਪਿਟਲ ਐਡਮਿਟ ਹੈਗੇ ਜੀ। ਅਤੇ ਤੁਸੀਂ ਜਾਂਚ ਕਰ ਰਹੇ ਹੋ, ਲੁੱਟ ਖੋਹ ਸਾਰੇ ਤੱਥਾਂ ਜਾਂਚ ਜੀ, ਅਸੀਂ ਚਾਰੋਂ ਪਾਸੇ ਸਾਰੇ ਐਂਗਲ ਨੂੰ ਅਸੀਂ ਜਾਂਚ ਕਰ ਰਹੇ ਹਾਂ ਕਿ ਵੀ ਇਹ ਮਾਮਲਾ ਕੀ ਹੋ ਸਕਦਾ, ਪੁਰਾਣੀ ਰੰਜਿਸ਼ ਦਾ ਜਾਂ ਲੁੱਟ ਖੋਹ ਦਾ ਹੋ ਸਕਦਾ, ਮਤਲਬ ਇਹ ਹਾਲੇ ਕਹਿ ਨਹੀਂ ਸਕਦੇ ਲੁੱਟ ਖੋਹ ਹੈਗੀ ਹੈ। ਅਤੇ ਜਿਹੜਾ ਵਿਕਟਿਮ ਹੈ ਜੀ, ਉਹ ਕੈਸ਼ ਲੈ ਕੇ ਜਾ ਰਿਹਾ ਸੀ, ਕੀ ਸੀਗਾ ਜੀ ਸਰ? ਜੀ ਉਹਨਾਂ ਦੇ ਉਹਦੇ ਸਟੇਟਮੈਂਟ ਦੇ ਮੁਤਾਬਿਕ ਉਹ ਕੈਸ਼ ਲੈ ਕੇ ਜਾ ਰਿਹਾ ਸੀ, ਕਿਉਂਕਿ ਉਹਦਾ ਜਿਹੜਾ ਕਾਰੋਬਾਰ ਹੈਗਾ ਉਹ ਪੈਸੇ ਤੋਂ ਰਿਲੇਟਡ ਹੀ ਹੈਗਾ ਜੀ। ਪੁਲਿਸ ਕਿੱਦਾਂ ਜਾਂਚ ਕਰ ਰਹੀ ਜੀ? ਅਸੀਂ ਸਾਰੇ ਐਂਗਲਾਂ ਤੋਂ ਜਾਂਚ ਕਰ ਰਹੇ ਸੀ, ਸ਼ਹਿਰ ਦੇ ਕੈਮਰੇ ਐਂਡ ਆਲ, ਹੋਰ ਵੀ ਅਸੀਂ ਜਿਸ 'ਤੇ ਸਾਨੂੰ ਸ਼ੱਕ ਲੱਗਦਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਜਿਹੜਾ ਕੋਈ ਕੈਮਰੇ ਦੇ ਵਿੱਚ ਆਉਂਦਾ ਹੈਗਾ, ਅਤੇ ਉਹ ਅੱਗੇ ਜਾਂਚ ਦੇਖਾਂਗੇ ਜੀ। ਠੀਕ।